ਮਲਕੀਤ ਸਿੰਘ ਜੀ, ਮੈਨੂੰ ਸਰਵਿੰਗ ਲਈ ਨਾ ਬੈਸਟ ਕਟਲਰੀ ਸੈੱਟ ਚਾਹੀਦਾ। ਉਹ ਜਿਹੜਾ ਮੈਂ ਪਿਛਲੇ ਮਹੀਨੇ ਦੁਬਈ ਤੋਂ ਲੈ ਕੇ ਆਈ ਸੀ, ਤੁਸੀਂ ਉਹੀ ਟੀ ਸੈੱਟ ਲਿਆਓ। ਹਾਂਜੀ ਹਾਂਜੀ ਮੈਡਮ ਜੀ, ਮੈਂ ਉਹੀ ਸੈੱਟ ਲੈ ਆਉਂਗਾ। ਨਾਲੇ ਸ਼ੈਫ ਨੂੰ ਕਹਿਤਾ ਨਾ ਕਿ ਸਾਰਾ ਖਾਣਾ ਗਲੂਟਨ ਫ੍ਰੀ ਬਣਾਉਣਾ। ਮੇਰੀ ਹੋਣ ਵਾਲੀ ਨੂੰਹ ਨੂੰ ਵੀਟ ਤੋਂ ਅਲਰਜੀ ਹੈ ਤੇ ਮੈਂ ਨਹੀਂ ਚਾਹੁੰਦੀ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਹੋਵੇ। ਮੈਂ ਚਾਹੁੰਦੀ ਹਾਂ ਉਹਨੂੰ ਬੈਸਟ ਤੋਂ ਬੈਸਟ ਟ੍ਰੀਟਮੈਂਟ ਮਿਲੇ ਤੇ ਆਪਣਾ ਫਸਟ ਇੰਪ੍ਰੈਸ਼ਨ ਬੈਸਟ ਹੋਣਾ ਚਾਹੀਦਾ। ਵੈਸੇ ਤਾਂ ਮੈਨੂੰ ਪਤਾ ਹੈ ਉਹ ਕੁੜੀ ਪਹਿਲਾਂ ਤੋਂ ਹੀ ਰਣਵੀਰ ਨੂੰ ਪਸੰਦ ਕਰਦੀ ਹੈ। ਮੇਰਾ ਪੁੱਤਰ ਹੈ ਹੀ ਸ਼ਹਿਰ ਦਾ ਸਭ ਤੋਂ ਕਾਬਿਲ ਬੈਚਲਰ, ਉਹਨੂੰ ਕਿਹੜੀ ਕੁੜੀ ਮਨਾ ਕਰ ਸਕਦੀ ਹੈ? ਪਰ ਫਿਰ ਵੀ ਮੈਂ ਚਾਹੁੰਦੀ ਹਾਂ ਉਹਦੇ ਤੇ ਉਹਦੇ ਘਰਦਿਆਂ ਦੇ ਸਵਾਗਤ 'ਚ ਮੈਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਾ ਛੱਡਾਂ। ਤੁਸੀਂ ਫਿਕਰ ਨਾ ਕਰੋ ਮੈਡਮ ਜੀ, ਮੈਂ ਇਸ ਪਰਿਵਾਰ 'ਚ ਕਾਫੀ ਸਾਲਾਂ ਤੋਂ ਕੰਮ ਕਰ ਰਿਹਾ, ਮੈਨੂੰ ਸਭ ਪਤਾ ਕਿ ਕਿਹੜਾ ਬਰਤਨ ਕੱਢਣਾ, ਕੀ ਬਣਾਉਣਾ ਤੇ ਉਹਨਾਂ ਦਾ ਸਵਾਗਤ ਕਿੱਦਾਂ ਕਰਨਾ। ਤੁਸੀਂ ਬਸ ਸ਼ਾਂਤ ਹੋ ਕੇ ਬੈਠ ਜਾਓ, ਮੈਂ ਆਪੇ ਸਾਂਭ ਲਾਂਗਾ ਸਭ ਕੁਝ। ਮੈਂ ਸ਼ਾਂਤ ਕਿੱਦਾਂ ਹੋ ਜਾ, ਮੈਂ ਤਾਂ ਬਹੁਤ ਐਕਸਾਈਟਿਡ ਆ, ਫਾਈਨਲੀ ਮੈਨੂੰ ਆਪਣੇ ਪੁੱਤਰ ਦੇ ਸਾਰੇ ਚਾਅ ਪੂਰੇ ਕਰਨ ਦਾ ਮੌਕਾ ਮਿਲ ਰਿਹਾ। ਮੈਨੂੰ ਪਤਾ ਮੈਡਮ ਜੀ ਕਿ ਸਾਹਿਬ ਜੀ ਤੁਹਾਡੀ ਪਸੰਦ ਦੀ ਕੁੜੀ ਨੂੰ ਮਿਲਣ ਲਈ ਰਾਜੀ ਹੋ ਗਏ ਨੇ, ਬਸ ਹੁਣ ਵਿਆਹ ਲਈ ਮੰਨ ਜਾਣ। ਜੇ ਉਹ ਦੇਖਣ ਲਈ ਮੰਨ ਗਿਆ ਤਾਂ ਵਿਆਹ ਕਰਾਉਣ ਲਈ ਵੀ ਮੰਨ ਹੀ ਜਾਓ। ਬਹੁਤ ਵੱਡੇ ਧੋਖੇ 'ਚ ਜੀ ਰਹੇ ਹੋ ਤੁਸੀਂ। ਅਰਮਾਨ ਤੂੰ ਇੱਥੇ ਕੀ ਕਰ ਰਿਹਾ, ਤੈਨੂੰ ਅੰਦਰ ਕੀ ਨਹੀਂ ਆਉਣ ਦਿੱਤਾ? ਮਲਕੀਤ ਸਿੰਘ ਜੀ, ਅੱਜ ਸਾਡਾ ਬਹੁਤ ਖਾਸ ਦਿਨ ਹੈ ਤੇ ਮੈਂ ਇਹਦੇ ਨਾਲ ਇੱਕ ਮਿੰਟ ਬਰਬਾਦ ਨਹੀਂ ਕਰਨਾ ਚਾਹੁੰਦੀ ਗੱਲ ਕਰਦੀ। ਹੁਣੇ ਸਿਕਿਉਰਿਟੀ ਨੂੰ ਬੁਲਾਓ ਤੇ ਬਾਹਰ ਕਢਵਾਓ ਇਹਨੂੰ। ਮੈਂ ਹੁਣੇ ਸਿਕਿਉਰਿਟੀ ਬੁਲਾਉਣਾ ਮੈਡਮ ਜੀ। ਰੁਕ ਜਾਓ ਮਲਕੀਤ ਸਿੰਘ ਜੀ, ਇਹਦੀ ਕੋਈ ਲੋੜ ਨਹੀਂ, ਮੈਂ ਇੱਥੋਂ ਆਪਣੇ ਆਪ ਹੀ ਚਲਾ ਜਾਊਂਗਾ, ਪਰ ਇਸ ਵਕਤ ਇੱਥੇ ਆ ਕੇ ਤੁਹਾਨੂੰ ਵਾਰਨ ਕਰਨਾ ਜ਼ਿਆਦਾ ਜ਼ਰੂਰੀ ਸੀਗਾ। ਵਾਰਨ ਕੀ ਕਹਿਣਾ ਚਾਹੁੰਦਾ? ਇਹੀ ਕਿ ਜੇ ਤੁਸੀਂ ਆਪਣੀਆਂ ਤਿਆਰੀਆਂ ਕਰਨ 'ਚ ਸਮਾਂ ਬਰਬਾਦ ਕਰ ਰਹੇ ਹੋ ਨਾ, ਇਹ ਰਹਿਣ ਦਿਓ, ਕੋਈ ਫਾਇਦਾ ਨਹੀਂ। ਜਿਹੜੀ ਕੁੜੀ ਤੁਸੀਂ ਮਿਲਣ ਲਈ ਤਿਆਰ ਹੋ ਨਾ, ਬੇਕਾਰ ਹੈ। ਤੂੰ ਕਹਿਣਾ ਕੀ ਚਾਹੁੰਦਾ, ਸਾਫ ਸਾਫ ਬੋਲ। ਇਹੀ ਕਿ ਤੁਹਾਡੇ ਪੁੱਤਰ ਨੇ ਆਪਣੀ ਦੁਲਹਨ ਨੂੰ ਚੁਣ ਲਿਆ, ਉਹਨੇ ਡਿਸਾਈਡ ਕਰ ਲਿਆ ਕਿ ਉਹਨੇ ਵਿਆਹ ਕਿਹਦੇ ਨਾਲ ਕਰਾਉਣਾ ਹੈ। ਅੱਛਾ, ਤਾਂ ਤੂੰ ਇਹ ਇਨਫੋਰਮੇਸ਼ਨ ਇੱਥੇ ਦੇਣ ਆਇਆ? ਇਹਦਾ ਮਤਲਬ ਸਭ ਤੋਂ ਜ਼ਿਆਦਾ ਤਕਲੀਫ ਤੈਨੂੰ ਹੀ ਹੋ ਰਹੀ ਹੈ। ਮਤਲਬ ਉਹ ਕੁੜੀ ਕੋਈ ਹੋਰ ਨਹੀਂ, ਤੇਰੀ ਆਪਣੀ ਐਕਸ ਵਾਈਫ ਦੇਸ਼ੋ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਲੱਗ ਹੀ ਰਿਹਾ ਸੀ ਮੈਨੂੰ ਤੁਸੀਂ ਇਸ ਬਾਰੇ ਕੁਛ ਨਹੀਂ ਕਰੋਗੇ। ਤੁਹਾਨੂੰ ਰਣਵੀਰ ਨੂੰ ਰੋਕਣਾ ਪੈਣਾ, ਮੈਂ ਪੂਰੀਆਂ ਕੋਸ਼ਿਸ਼ਾਂ ਕਰਕੇ ਵੇਖ ਲਈਆਂ ਨੇ, ਪਰ ਮੇਰੇ ਹੱਥ ਵਸ ਕੁਛ ਨਹੀਂ ਰਿਹਾ। ਮੈਨੂੰ ਉਮੀਦ ਹੈ ਕਿ ਤੁਸੀਂ ਬਿਲਕੁਲ ਨਹੀਂ ਚਾਹੋਗੇ ਕਿ ਦੇਸ਼ੋ ਤੁਹਾਡੇ ਪੁੱਤਰ ਦਾ ਇਸਤੇਮਾਲ ਕਰੇ। ਉਹ ਮਤਲਬ ਹੀ ਹੈ, ਉਹ ਸਿਰਫ ਆਪਣੇ ਆਪ ਤੇ ਆਪਣੇ ਪੁੱਤਰ ਨੂੰ ਸੈਟਲ ਕਰਨ ਬਾਰੇ ਸੋਚ ਰਹੀ ਹੈ, ਤੇ ਰਣਵੀਰ ਤੋਂ ਬੈਟਰ ਆਪਸ਼ਨ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ ਨਾ। ਮੈਮ, ਤੁਸੀਂ ਆਪਣੇ ਪੁੱਤ ਨੂੰ ਏਡੀ ਵੱਡੀ ਗਲਤੀ ਕਰਨ ਤੋਂ ਰੋਕ ਲਓ, ਇਹ ਸਭ ਤੁਹਾਡੇ ਹੱਥ ਵਸ ਹੀ ਹੈ। ਦੇਖੋ, ਮੈਨੂੰ ਪਤਾ ਤੁਹਾਨੂੰ ਮੇਰੇ ਤੇ ਕੋਈ ਭਰੋਸਾ ਨਹੀਂ, ਪਰ ਇਹ ਗੱਲ ਸੱਚ ਹੈ ਕਿ ਦੇਸ਼ੋ ਮੈਨੂੰ ਬਹੁਤ ਪਿਆਰ ਕਰਦੀ ਹੈ। ਜੇ ਉਹਨੇ ਵਿਆਹ ਵੀ ਕਰਾ ਲਿਆ ਨਾ, ਉਹ ਮੈਨੂੰ ਆਪਣੇ ਦਿਲ 'ਚੋਂ ਨਹੀਂ ਕੱਢ ਸਕਦੀ, ਅਤੇ ਇਸ ਗੱਲ ਨਾਲ ਰਣਵੀਰ ਨੂੰ ਬਹੁਤ ਦਰਦ ਹੋਏਗਾ, ਉਹ ਦੇਸ਼ੋ ਨਾਲ ਖੁਸ਼ ਨਹੀਂ ਰਹਿ ਪਾਏਗਾ। ਦੇਖੋ ਮੈਮ, ਸਿਰਫ ਤੁਸੀਂ ਹੀ ਹੋ ਜੋ ਇਸ ਵਿਆਹ ਨੂੰ ਰੋਕ ਸਕਦੇ ਹੋ, ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਹੀ ਕਰ ਲਿਓ। ਮੇਰਾ ਫਰਜ਼ ਸੀਗਾ ਤੁਹਾਨੂੰ ਵਾਰਨ ਕਰਨਾ, ਸੋ ਮੈਂ ਕੀਤਾ, ਬਾਕੀ ਫੈਸਲਾ ਤੁਹਾਡਾ ਹੈ। ਸਤਿ ਸ਼੍ਰੀ ਅਕਾਲ।
ਬਹੁਤ ਹੀ ਜ਼ਿਆਦਾ ਐਕਸਾਈਟਿਡ ਆ। ਪਤਾ ਨਹੀਂ ਬੇਬੀ ਬੁਆਏ ਹੋਏਗਾ ਜਾਂ ਗਰਲ। ਸ਼ੇ ਤਾਂ ਕੁੜੀ ਹੋਏਗੀ ਨਾ, ਫਿਰ ਮੇਰੇ ਵਰਗੇ ਬਿਲਕੁਲ ਸੋਹਣੀ ਸੁਨੱਖੀ ਹੋਏਗੀ। ਤੇਰੀ ਨਾ ਵੇਟ ਨਹੀਂ ਹੋ ਰਹੀ ਮੇਰੇ ਤੋਂ, ਬਸ ਜਲਦੀ ਜਲਦੀ ਆਪਣੀ ਮੰਮੀ ਕੋਲ ਆ ਜਾ। ਓ ਮਾਫ ਕਰਨਾ, ਮੈਂ ਤੇਰੀ ਨਿੱਜੀ ਬਲਾਂ ਚ ਦਖਲ ਨਹੀਂ ਦੇਣਾ ਚਾਹੁੰਦੀ ਸੀ, ਮੈਂ ਚਲਦੀ। ਨਹੀਂ ਦੇਸ਼ੋ ਰੁਕ, ਦਰਅਸਲ ਮੈਂ ਆਪਣੇ ਬੱਚੇ ਨੂੰ ਲੈ ਕੇ ਨਾ ਐਕਸਾਈਟਿਡ ਹੀ ਬਹੁਤ ਜ਼ਿਆਦਾ ਆ। ਵੈਸੇ ਤੂੰ ਤਾਂ ਪਹਿਲਾਂ ਮਾਂ ਬਣ ਹੀ ਚੁੱਕੀ ਹੈ, ਤੈਨੂੰ ਜ਼ਿਆਦਾ ਐਕਸਪੀਰੀਅੰਸ ਹੋਏਗਾ, ਤੂੰ ਮੇਰੀ ਮਦਦ ਕਰੇਂਗੀ? ਹਾਂ ਹਾਂ ਕਿਉਂ ਨਹੀਂ। ਮੈਂ ਨਾ ਚਿੰਤਾ ਚ ਆ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੇਰਾ ਪੇਟ ਹਜੇ ਤੱਕ ਬਾਹਰ ਨਹੀਂ ਆਇਆ, ਮੇਰਾ ਬੇਬੀ ਹੈਲਦੀ ਤਾਂ ਹੋਏਗਾ ਨਾ? ਸਭ ਠੀਕ ਹੈ, ਨਾਲੇ ਇੰਨੀ ਛੇਤੀ ਪੇਟ ਦਿਖਣਾ ਸ਼ੁਰੂ ਨਹੀਂ ਹੁੰਦਾ, ਅਜੇ ਤਾਂ ਤੀਸਰਾ ਮਹੀਨਾ ਹੀ ਹੈ। ਕੋਈ ਗੱਲ, ਤੂੰ ਫਿਕਰ ਨਾ ਕਰ, ਸਿੰਪਲ ਸਭ ਠੀਕ ਹੈ, ਤੇਰਾ ਬੱਚਾ ਬਿਲਕੁਲ ਠੀਕ ਹੈ, ਤੈਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਮੈਨੂੰ ਪਤਾ ਹੈ, ਜੇ ਤੂੰ ਕਹਿ ਰਹੀ ਹੈ ਨਾ ਸਭ ਏਦਾਂ ਹੀ ਹੋਏਗਾ ਤੇ ਅੱਗੋਂ ਵੀ ਏਦਾਂ ਹੀ ਹੋਏਗਾ, ਮੈਨੂੰ ਤੇਰੇ ਤੇ ਪੂਰਾ ਭਰੋਸਾ ਆ। ਤੂੰ ਨਾ ਆਪਣਾ ਵਾਅਦਾ ਪੂਰਾ ਕੀਤਾ, ਤੂੰ ਅਰਮਾਨ ਨੂੰ ਇਹ ਉਮੀਦ ਦਵਾ ਚੁੱਕੀ ਹੈ ਕਿ ਤੂੰ ਆਪਣੀ ਜ਼ਿੰਦਗੀ ਚ ਅੱਗੇ ਵੱਧ ਚੁੱਕੀ ਹੈ, ਤੇ ਹੁਣ ਉਹ ਤੇਰੇ ਵਾਪਸ ਆਉਣ ਦੀ ਉਮੀਦ ਛੱਡ ਦੇ। ਤੇ ਮੈਨੂੰ ਪੂਰਾ ਯਕੀਨ ਹੈ ਕਿ ਅਰਮਾਨ ਹੁਣ ਆਪਣੇ ਬੱਚੇ ਨੂੰ ਵੀ ਨਾ ਅਪਣਾ ਲੈਣਗੇ। ਆਈ ਮੀਨ ਉਮੀਦ ਤਾਂ ਇਹੀ ਹੈ। ਏਦਾਂ ਹੀ ਹੋਏਗਾ, ਤੂੰ ਬਸ ਖੁਸ਼ ਰੱਖ, ਜਿੰਨੀ ਖੁਸ਼ ਤੂੰ ਰਹੇਂਗੀ ਉਦਾਂ ਦਾ ਪ੍ਰਭਾਵ ਹੀ ਬੱਚੇ ਤੇ ਪਏਗਾ। ਮਾਂ ਜਿੱਦਾਂ ਮਹਿਸੂਸ ਕਰਦੀ ਹੈ ਨਾ, ਬੱਚਾ ਵੀ ਉਦਾਂ ਦਾ ਹੀ ਹੁੰਦਾ, ਇਸ ਕਰਕੇ ਤੂੰ ਪਰੇਸ਼ਾਨ ਨਾ ਹੋਇਆ ਕਰ। ਹਾਂ ਹਾਂ ਮੈਂ ਤਾਂ ਬਹੁਤ ਖੁਸ਼ ਹਾਂ, ਇਨਫੈਕਟ ਤੂੰ ਤੇ ਰਣਵੀਰ ਸਰ ਵਿਆਹ ਕਰਾ ਰਹੇ ਹੋ, ਇਹ ਤਾਂ ਬਹੁਤ ਵਧੀਆ ਗੱਲ ਹੈ, ਹੁਣ ਇਸ ਘਰ ਦੇ ਵਿੱਚ ਨਾ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ, ਤੇ ਨਾਲੇ ਸਾਡੇ ਕੋਲ ਸੈਲੀਬ੍ਰੇਟ ਕਰਨ ਦਾ ਕਿੰਨਾ ਵੱਡਾ ਰੀਜ਼ਨ ਹੈ। ਦੇਸ਼ੋ ਆਈ ਪ੍ਰੋਮਿਸ ਕਿ ਹੁਣ ਤੋਂ ਮੈਂ ਬਹੁਤ ਖੁਸ਼ ਰਹੂੰਗੀ ਤੇ ਆਪਣਾ ਪੂਰਾ ਧਿਆਨ ਵੀ ਰੱਖੂੰਗੀ, ਪਰ ਮੈਂ ਇਹਦੇ ਨਾਲ ਇਹ ਵੀ ਕੋਸ਼ਿਸ਼ ਕਰਾਂਗੀ ਕਿ ਤੂੰ ਦੁਨੀਆ ਦੀ ਨਾ ਸਭ ਤੋਂ ਸੋਹਣੀ ਬ੍ਰਾਈਡ ਲੱਗੇ, ਕਿਉਂਕਿ ਮੈਂ ਤੈਨੂੰ ਤਿਆਰ ਕਰਾਂਗੀ। ਠੀਕ ਹੈ, ਤੂੰ ਹੀ ਸਭ ਕੁਝ ਕਰ ਲਈ, ਵੈਸੇ ਵੀ ਤੈਨੂੰ ਪਤਾ ਮੈਨੂੰ ਇਹ ਸੱਜਣਾ ਸਵਰਨਾ ਨਹੀਂ ਆਉਂਦਾ। ਨਹੀਂ ਉਹ ਗੱਲ ਨਹੀਂ ਹੈ, ਮੇਰੇ ਵਿਆਹ ਤੇ ਤੂੰ ਮੈਨੂੰ ਹੀ ਤੇ ਤਿਆਰ ਕੀਤਾ ਸੀ। ਆਈ ਮੀਨ ਤੂੰ ਬਹੁਤ ਸੋਹਣੀ ਲੱਗੇਂਗੀ, ਤੂੰ ਤੇ ਰਣਵੀਰ ਸਰ ਸੋਚਿਆ ਕੁਛ ਅੱਗੇ? ਆਈ ਮੀਨ ਵੈਡਿੰਗ ਦੀ ਡੇਟ ਕੁਛ ਪਲਾਨ ਕੀਤੀ ਹੈ, ਕੀ ਸੋਚਿਆ? ਡੇਟ ਹਾਂ, ਰਣਵੀਰ ਸਰ ਨੇ ਨਾ ਹਜੇ ਆਪਣੀ ਮੰਮੀ ਜੀ ਨੂੰ ਨਹੀਂ ਦੱਸਿਆ, ਪਹਿਲਾਂ ਉਹਨਾਂ ਨੂੰ ਦੱਸਣਗੇ ਫਿਰ ਹੀ ਅੱਗੇ ਕੁਛ ਸੋਚਾਂਗੇ ਅਸੀਂ। ਓਹੋ ਅੱਛਾ ਅੱਛਾ, ਆਈ ਹੋਪ ਸਭ ਜਲਦੀ ਹੋ ਜਾਏਗਾ ਤੇ ਇਸ ਘਰ ਦੇ ਵਿੱਚ ਅਸੀਂ ਜਲਦੀ ਸੈਲੀਬ੍ਰੇਸ਼ਨ ਸ਼ੁਰੂ ਕਰਾਂਗੇ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਦੇਸ਼ੋ। ਮੇਰੇ ਤੋਂ ਤਾਂ ਵੇਟ ਹੀ ਨਹੀਂ ਹੋ ਰਿਹਾ, ਕਿੰਨੀ ਸਾਰੀ ਤਿਆਰੀਆਂ ਕਰਨੀਆਂ ਨੇ, ਹੈ ਨਾ? ਹਾਂਜੀ 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 ਮੈਂ ਸਮਝ ਗਿਆ ਜੀ, ਜੀ ਜੀ ਬਿਲਕੁਲ ਤੁਹਾਡਾ ਕੰਮ ਹੋ ਜਾਏਗਾ। ਓਕੇ ਓਕੇ ਜੀ। ਕੀ ਗੱਲ ਹੈ ਮਲਕੀ ਸਿੰਘ ਜੀ, ਕੁਝ ਕਹਿਣਾ ਚਾਹੁੰਦੇ ਹੋ? ਉਹ ਕੁਛ ਨਹੀਂ ਸਾਹਿਬ ਜੀ, ਮੈਂ ਸੋਚਿਆ ਸੀ ਤੁਹਾਨੂੰ ਖਬਰ ਦੇ ਹੀ ਦਿਆਂ, ਪਰ ਮੈਨੂੰ ਲੱਗਦਾ ਇਹ ਸਹੀ ਸਮਾਂ ਨਹੀਂ ਹੈ। ਖਬਰ ਕਿਹੜੀ ਖਬਰ? ਮੈਂ ਤੁਹਾਨੂੰ ਕੁਛ ਨਹੀਂ ਦੱਸਣਾ ਸਾਹਿਬ ਜੀ,
ਤੁਸੀਂ ਆਪ ਵੀ ਮੈਨੂੰ ਕੁਛ ਨਹੀਂ ਦੱਸਿਆ ਤੇ ਮੈਂ ਹੁਣ ਤੁਹਾਨੂੰ ਕਿਉਂ ਦੱਸਾਂ? ਕੀ ਕਹਿ ਰਹੇ ਹੋ ਤੁਸੀਂ? ਉਹ ਕੁਛ ਨਹੀਂ ਸਾਹਿਬ ਜੀ, ਤੁਹਾਡੇ ਨਾਲ ਗੱਲ ਤੁਹਾਡੇ ਮਾਤਾ ਜੀ ਕਰਨਗੇ, ਉਹੀ ਲੈਣਗੇ ਤੁਹਾਡੀ ਖਬਰ। ਤੇ ਹੋ ਕੀ ਰਿਹਾ ਹੈ? ਮੈਂ ਕੀ ਨਹੀਂ ਦੱਸਿਆ? ਕੀਤਾ ਕੀ ਹੈ ਮੈਂ? ਉਹ ਤੁਹਾਡੇ ਮੰਮੀ ਜੀ ਆ ਹੀ ਗਏ ਹੈ, ਤੁਸੀਂ ਆਪ ਹੀ ਗੱਲ ਕਰ। ਹਾਂਜੀ ਮਲਕੀਤ ਜੀ, ਤਿਆਰੀਆਂ ਹੋ ਗਈਆਂ ਸਾਰੀਆਂ? ਹਾਂਜੀ ਹਾਂਜੀ ਮੈਡਮ ਜੀ, ਸਾਰੀ ਤਿਆਰੀ ਹੋ ਗਈ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਸੀ, ਸਾਰਾ ਸਮਾਨ ਗੱਡੀ 'ਚ ਰਖਾ ਦਿੱਤਾ ਮੈਂ। ਮੰਮੀ ਜੀ, ਤੁਸੀਂ ਕਿੱਥੇ ਜਾ ਰਹੇ ਹੋ? ਨਹੀਂ, ਆਪਾਂ ਦੋਨੋਂ ਜਾ ਰਹੇ ਹਾਂ। ਆਪਾਂ ਦੋਨੋਂ ਕਿੱਥੇ? ਉਹ ਤੈਨੂੰ ਜਲਦੀ ਪਤਾ ਚੱਲ ਜਾਊਗਾ। ਮੰਮੀ ਜੀ, ਕੁਛ ਤਾਂ ਦੱਸੋ। ਮੈਂ ਤੇਰੇ ਲਈ ਕੁੜੀ ਪਸੰਦ ਕੀਤੀ ਹੈ, ਜਿਵੇਂ ਤੂੰ ਮੈਨੂੰ ਆਜ਼ਾਦੀ ਦਿੱਤੀ ਸੀ ਚੂਜ਼ ਕਰਨ ਦੀ। ਚੱਲ ਹੁਣ ਜਲਦੀ ਕਰ, ਆਪਾਂ ਉਹਨਾਂ ਦੀ ਫੈਮਿਲੀ ਤੇ ਉਹਨੂੰ ਮਿਲਣ ਜਾਣਾ। ਮੰਮੀ ਜੀ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ। ਪਰ ਮੈਂ ਕੁਝ ਨਹੀਂ ਸੁਣਨਾ, ਗੱਲਾਂ ਬਾਅਦ ਚ ਕਰਾਂਗੇ, ਜਲਦੀ ਕਰ, ਆਪਾਂ ਲੇਟ ਹੋ ਰਹੇ ਹਾਂ। ਮੰਮੀ ਜੀ, ਮੇਰੀ ਗੱਲ ਤਾਂ ਸੁਣ ਲਓ। ਮੰਮੀ ਜੀ ਬਿਨਾ। ਰਣਜੀਤ, ਦੇਰ ਹੋ ਰਹੀ ਹੈ, ਕਿੰਨੀ ਦੇਰ ਖੜਾ ਰਹੇਗਾ? ਹਾਂਜੀ ਹਾਂਜੀ, ਆ ਗਿਆ ਮੰਮੀ ਜੀ। ਹੁਣ ਤਾਂ ਰੱਬ ਹੀ ਬਚਾਏ, ਮੰਮੀ ਜੀ ਨੇ ਤਾਂ ਸੁਣੀ ਨਹੀਂ ਗੱਲ। ਸਿੰਪਲ, ਤੂੰ ਨਾ ਆਪਣੇ ਖਾਣ ਪੀਣ ਦਾ ਖਾਸ ਖਿਆਲ ਰੱਖਣਾ। ਹਰੀ ਸਬਜ਼ੀਆਂ ਬਹੁਤ ਜ਼ਰੂਰੀ ਹੈ ਤੇਰੇ ਲਈ, ਤੇ ਸਾਰੇ ਫਲਾਂ ਵਿੱਚੋਂ ਸੰਤਰਾ ਸਭ ਤੋਂ ਵਧੀਆ ਤੇਰੇ ਵਾਸਤੇ। ਮੈਂ ਨਾ ਕੁਝ ਦਵਾਈਆਂ ਦੀ ਲਿਸਟ ਬਣਾ ਦਿੱਤੀ ਹੈ, ਇਹ ਸਮੇਂ ਸਿਰ ਖਾਣੀਆਂ ਨੇ ਸਾਰੀ। ਜ਼ਿਆਦਾਤਰ ਤਾਕਤ ਦੀ ਗੋਲੀਆਂ ਹੀ ਨਹੀਂ ਦਿੰਦੇ। ਤੇ ਹਾਂ, ਚੌਥਾ ਮਹੀਨਾ ਖਤਮ ਹੋਣ ਤੱਕ ਤੂੰ ਬਿਲਕੁਲ ਵੀ ਭਾਰ ਨਹੀਂ ਚੁੱਕਣਾ, ਤੇ ਅੱਗੇ ਵੀ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ। ਬਾਕੀ ਹੋਰ ਕੁਝ ਕਰਨ ਦਾ ਸਮਾਂ ਮਿਲੇ ਨਾ ਮਿਲੇ, ਤੂੰ ਥੋੜ੍ਹਾ ਜਿਹਾ ਸਮਾਂ ਕੱਢ ਕੇ ਕਸਰਤ ਜ਼ਰੂਰ ਕਰਨੀ, ਠੀਕ ਹੈ ਨਾ? ਇਹ ਤਾਂ ਬਹੁਤ ਜ਼ਿਆਦਾ ਲੰਬੀ ਲਿਸਟ ਆ ਦੇਸ਼ੋ। ਕੋਈ ਗੱਲ ਨਹੀਂ, ਸਭ ਕੁਝ ਤੇਰੇ ਵਾਸਤੇ ਜ਼ਰੂਰੀ ਹੈ। ਤੇ ਹਾਂ, ਆਪਣੀ ਪਾਣੀ ਦੀ ਮਾਤਰਾ ਦਾ ਧਿਆਨ ਰੱਖੀ, ਘੱਟੋ ਘੱਟ 8 ਤੋਂ 10 ਗਲਾਸ ਪੀਣੇ ਜ਼ਰੂਰੀ ਹੈ ਤੇਰੇ ਵਾਸਤੇ। ਪਰ ਇਹ ਸਭ ਕੁਝ ਜ਼ਿਆਦਾ ਹੀ ਔਖਾ ਨਹੀਂ ਹੈ? ਤੂੰ ਕਿੱਦਾਂ ਮੈਨੇਜ ਕੀਤਾ ਸੀਗਾ? ਮੇਰੇ ਨਾਲ ਤਾਂ ਮੰਮੀ ਜੀ ਸੀ, ਪਰ ਤੂੰ ਚਿੰਤਾ ਨਾ ਕਰ, ਮੈਂ ਤੇ ਮੰਮੀ ਜੀ ਦੋਨੋਂ ਆ ਤੇਰੇ ਨਾਲ। ਥੈਂਕ ਯੂ ਸੋ ਮਚ ਦੇਸ਼ੋ, ਥੈਂਕ ਯੂ। ਮੈਂ ਦੇਖਦੀ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ। ਰੁਕੋ ਜ਼ਰਾ। ਹੁਣ ਆਏਗਾ ਮਜ਼ਾ, ਹੁਣ ਇਹ ਵਿਆਹ ਨਹੀਂ ਹੁੰਦਾ। ਬਹੁਤ ਸੁਪਨੇ ਸਜਾਏ ਸੀ ਨਾ ਤੂੰ ਰਣਵੀਰ, ਹੁਣ ਦੇਖੀ ਤੇਰੀ ਮੰਮੀ ਇਹ ਵਿਆਹ ਨਹੀਂ ਹੋਣ ਦਊਗੀ। ਮੈਂ ਪਹਿਲਾਂ ਇਹਨਾਂ ਨਾਲ ਗੱਲ ਤਾਂ ਕਰ ਲਵਾਂ, ਤੇ ਤੁਸੀਂ ਫਿਰ ਵਿਆਹ ਕਰਾਉਣ ਦਾ ਫੈਸਲਾ ਕਰ ਹੀ ਲਿਆ, ਤੇ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ? ਬੋਲੋ, ਮੈਨੂੰ ਦੱਸਣਾ ਜ਼ਰੂਰੀ ਨਹੀਂ ਸੀ? ਮੰਮੀ ਜੀ, ਇਹਦੇ ਦੇਸ਼ੋ ਜੀ ਦੀ ਕੋਈ ਗਲਤੀ ਨਹੀਂ ਹੈ, ਮੈਂ ਤੁਹਾਨੂੰ ਦੱਸਦਾ। ਉਹ ਦਰਅਸਲ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ, ਮੈਂ ਤਾਂ ਇਸ ਕੁੜੀ ਨਾਲ ਗੱਲ ਕਰਨੀ ਹੈ। ਹਾਂ ਤਾਂ ਮਿਸ ਦੇਸ਼ਪ੍ਰੀਤ ਕੌਰ, ਤੈਨੂੰ ਅੰਦਾਜ਼ਾ ਵੀ ਹੈ ਕਿ ਮੈਂ ਰਣਵੀਰ ਦਾ ਵਿਆਹ ਕਿਤੇ ਹੋਰ ਕਰਨ ਜਾ ਰਹੀ ਸੀ, ਕਿਸੇ ਹੋਰ ਕੁੜੀ ਨਾਲ, ਮੇਰੀ ਫਰੈਂਡ ਦੀ ਬੇਟੀ ਜਿਹਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਆਲਮੋਸਟ ਸਾਰੀ ਗੱਲ ਹੋ ਚੁੱਕੀ ਸੀ ਉਹਦੀ ਫੈਮਿਲੀ ਨਾਲ, ਇਨਫੈਕਟ ਉਹ ਤਾਂ ਘਰ ਵੀ ਆ ਰਹੇ ਸੀ ਅੱਜ।
ਇਹ ਤਾਂ ਭਲਾ ਹੋਵੇ ਉਸ ਇਨਸਾਨ ਦਾ ਜਿਹਨੇ ਮੈਨੂੰ ਤੁਹਾਡੇ ਇਸ ਫੈਸਲੇ ਬਾਰੇ ਦੱਸਿਆ। ਜਿਹਨੇ ਦੱਸਿਆ ਕਿ ਜਿਸ ਪੁੱਤਰ ਲਈ ਮੈਂ ਇੰਨੇ ਸੁਪਨੇ ਸੰਜੋਈ ਬੈਠੀ ਹਾਂ ਉਹਨੇ ਤਾਂ ਆਪਣੀ ਵਹੁਟੀ ਆਪ ਹੀ ਲੱਭ ਲਈ। ਮੰਮੀ ਜੀ ਮੈਂ ਕਿਹਾ ਨਾ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ, ਅਸੀਂ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਸਭ ਕੁਝ ਇੰਨਾ ਜਲਦੀ ਹੋ ਗਿਆ ਕਿ। ਮੇਰੀ ਗੱਲ ਅਜੇ ਪੂਰੀ ਨਹੀਂ ਹੋਈ। ਹਾਂ ਤਾਂ ਮੈਂ ਕੀ ਗੱਲ ਕਰ ਰਹੀ ਸੀ? ਸ਼ੁਕਰ ਹੈ ਰੱਬ ਦਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਣੋਂ ਬਚ ਗਈ। ਮੈਨੂੰ ਆਪਣੇ ਮੁੰਡੇ ਲਈ ਕੁੜੀ ਲੱਭਣ ਦੀ ਕੀ ਲੋੜ ਹੈ ਜਦੋਂ ਉਹਨੇ ਆਪ ਹੀ ਆਪਣੇ ਲਈ ਇੰਨੀ ਪਰਫੈਕਟ ਕੁੜੀ ਚੁਣ ਲਈ ਹੈ। ਪਰਫੈਕਟ ਕੁੜੀ? ਇਹ ਕੀ ਕਹਿ ਰਹੀ ਹੈ? ਇਹਨੇ ਤਾਂ ਇਹ ਸਭ ਨਹੀਂ ਸੀ ਕਹਿਣਾ। ਜਿਉਂਦੀ ਰਹਿ ਪੁੱਤ, ਫਾਈਨਲੀ ਤੈਨੂੰ ਵੀ ਰਣਵੀਰ ਦੇ ਪਿਆਰ ਦੀ ਸਮਝ ਆਈ ਤੇ ਤੂੰ ਸਹੀ ਫੈਸਲਾ ਲਿਆ। ਤੈਨੂੰ ਮੈਂ ਦੱਸ ਨਹੀਂ ਸਕਦੀ ਮੈਂ ਅੱਜ ਕਿੰਨੀ ਐਕਸਾਈਟਿਡ ਹਾਂ। ਦੇਸ਼ੋ ਪੁੱਤ, ਮੈਂ ਤਾਂ ਇਸ ਦਿਨ ਦਾ ਸੁਪਨਾ ਉਸ ਦਿਨ ਤੋਂ ਦੇਖਿਆ ਸੀ ਜਿਸ ਦਿਨ ਮੈਂ ਰਣਵੀਰ ਦੀਆਂ ਅੱਖਾਂ 'ਚ ਪਹਿਲੀ ਵਾਰ ਤੇਰੇ ਲਈ ਪਿਆਰ ਦੇਖਿਆ ਸੀ। ਮੈਨੂੰ ਤਾਂ ਕਦੇ ਉਮੀਦ ਹੀ ਨਹੀਂ ਸੀ ਕਿ ਮੇਰਾ ਇਹ ਸੁਪਨਾ ਕਦੇ ਪੂਰਾ ਹੋਊ। ਹੁਣ ਵੀ ਮੈਨੂੰ ਇਹ ਲੱਗਦਾ ਜਿਵੇਂ ਇਹ ਸੁਪਨਾ ਜਿਹਾ ਹੋਵੇ ਤੇ ਜੇ ਇਹ ਸੁਪਨਾ ਹੈ ਨਾ ਤਾਂ ਇਹ ਕਦੇ ਨਾ ਟੁੱਟੇ। ਮੈਂ ਇਹਨੂੰ ਜੀ ਭਰ ਕੇ ਮੰਨਣਾ ਚਾਹੁੰਦੀ ਹਾਂ। ਮੈਂ ਇਸ ਖਬਰ ਤੋਂ ਇੰਨੀ ਖੁਸ਼ ਹਾਂ ਕਿ ਫਾਈਨਲੀ ਮੇਰਾ ਪੁੱਤਰ ਆਪਣੀ ਲਾਈਫ 'ਚ ਸੈਟਲ ਹੋਣ ਜਾ ਰਿਹਾ ਤੇ ਉਹ ਵੀ ਉਸ ਕੁੜੀ ਨਾਲ ਜਿਹਨੂੰ ਉਹ ਬੇਹੱਦ ਪਿਆਰ ਕਰਦਾ। ਦਰਅਸਲ ਮੈਮ, ਮੰਮੀ ਜੀ ਤੁਸੀਂ ਸਾਹ ਲਓ, ਤੁਸੀਂ ਆਪਣੀ ਐਕਸਾਈਟਮੈਂਟ 'ਚ ਨਾ ਸਾਰੇ ਉੱਤੇ ਪ੍ਰੈਸ਼ਰ ਪਾ ਰਹੇ ਹੋ। ਉਹ ਦੇਖੋ ਦੇਸ਼ੋ ਜੀ ਕਿੰਨੇ ਘਬਰਾ ਗਏ ਨੇ। ਪੁੱਤਰ ਮੈਂ ਤਾਂ ਹਜੇ ਉਹਨਾਂ ਪ੍ਰੈਸ਼ਰ ਪਾਇਆ ਹੀ ਨਹੀਂ ਜਿੰਨੀ ਮੈਂ ਐਕਸਾਈਟਿਡ ਹਾਂ। ਦੇਸ਼ੋ ਤੂੰ ਘਬਰਾ ਨਾ, ਇਹ ਤਾਂ ਇੱਕ ਮਾਂ ਦਾ ਦਿਲ ਹੈ ਜਿਹੜਾ ਇੰਨਾ ਖੁਸ਼ ਹੈ। ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਆਖਰੀ ਟਾਈਮ ਇੰਨੀ ਖੁਸ਼ ਕਦੋਂ ਹੋਈ ਸੀ। ਮੰਮੀ ਜੀ ਮੈਂ ਤੁਹਾਨੂੰ ਕਿਹਾ ਨਾ ਥੋੜਾ ਰਿਲੈਕਸ ਕਰੋ ਪਲੀਜ਼। ਲੈ ਮੇਰੇ ਪੁੱਤਰ ਦਾ ਵਿਆਹ ਹੈ, ਇਹ ਸ਼ਹਿਰ ਦਾ ਸਭ ਤੋਂ ਬੈਸਟ ਵਿਆਹ ਹੋਣਾ ਚਾਹੀਦਾ, ਇੱਕ ਵੀ ਫੰਕਸ਼ਨ ਫਿੱਕਾ ਨਹੀਂ ਪੈਣਾ ਚਾਹੀਦਾ। ਮੈਂ ਤਾਂ ਆਪਣੇ ਪੁੱਤਰ ਦੀਆਂ ਸਾਰੀਆਂ ਰਸਮਾਂ ਬਹੁਤ ਧੂਮ ਧਾਮ ਨਾਲ ਕਰਨੀਆਂ। ਤੁਸੀਂ ਸਾਰੇ ਬੈਠੋ, ਮੈਂ ਚਾਹ ਨਾਸਤਾ ਲੈ ਕੇ ਆਉਂਦੀ ਹਾਂ। ਹਾਂ ਰੁਕੋ ਰੁਕੋ, ਚਾਹ ਵੀ ਪੀ ਲੈਂਦੇ ਹਾਂ। ਮੈਂ ਤਾਂ ਇੰਨੀ ਖੁਸ਼ ਹਾਂ ਨਾ, ਮੈਂ ਤਾਂ ਸਾਰੇ ਸ਼ਹਿਰ ਨੂੰ ਦੱਸਣਾ ਚਾਹੁੰਦੀ ਕਿ ਮੇਰੇ ਪੁੱਤਰ ਦਾ ਵਿਆਹ ਹੈ। ਤੇ ਤੁਸੀਂ ਵੀ ਤਿਆਰ ਰਹੀਓ, ਅਸੀਂ ਸ਼ਾਮ ਨੂੰ ਆਵਾਂਗੇ, ਰੋਕਾ ਅੱਜ ਹੀ ਕਰ ਜਾਵਾਂਗੇ। ਤੇ ਵਿਆਹ ਦੀ ਡੇਟ ਵੀ ਫਿਕਸ ਕਰਨੀ ਹੈ, ਉਹ ਵੀ ਮੈਂ ਆਪਣੇ ਪੰਡਿਤ ਨੂੰ ਪੁੱਛ ਕੇ ਸਾਰਾ ਅਰੇਂਜਮੈਂਟ ਕਰ ਹੀ ਲਊਂਗੀ। ਗੋਡ, ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਕੀ ਨਾ ਕਰਾਂ, ਇੰਨੀਆਂ ਤਿਆਰੀਆਂ ਕਰਨ ਵਾਲੀਆਂ ਪਈਆਂ। ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਸ਼ਾਪਿੰਗ ਕਰਨ ਵਾਲੀ ਪਈ ਹੈ, ਮੈਨੂੰ ਇਹ ਨਹੀਂ ਸਮਝ ਆ ਰਿਹਾ ਮੈਂ ਕਿੱਥੋਂ ਸ਼ੁਰੂ ਕਰਾਂ ਕਿੱਥੇ ਖਤਮ ਕਰੂੰਗੀ।
ਹਾਂ ਜੀ ਮੰਮੀ ਜੀ, ਸਭ ਤੁਹਾਨੂੰ ਮੈਂ ਦੱਸਦਾ, ਤੁਸੀਂ ਬਸ ਸਾਹ ਲਓ ਲੰਮਾ ਜਿਹਾ ਤੇ ਸਾਰੀਆਂ ਤਿਆਰੀਆਂ ਹੋ ਜਾਣਗੀਆਂ। ਮੈਂ ਤਾਂ ਆਪ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਇਸ ਵਿਆਹ ਦੇ ਲਈ। ਸਭ ਕੁਝ ਕਿੰਨਾ ਵਧੀਆ ਹੋਏਗਾ, ਦੇਸ਼ੋ ਤੇ ਰਣਵੀਰ ਸਰ ਦਾ ਵਿਆਹ। ਸੌਰੀ ਆਂਟੀ ਜੀ, ਮੰਮੀ ਜੀ ਹੁਣ ਸਾਨੂੰ ਚੱਲਣਾ ਚਾਹੀਦਾ, ਜੇ ਅੱਜ ਸ਼ਾਮ ਨੂੰ ਹੀ ਰੋਕਾ ਕਰਨਾ ਤਾਂ ਤਿਆਰੀਆਂ ਵੀ ਕਰਨੀਆਂ ਪੈਣੀਆਂ ਨੇ। ਤੂੰ ਚੁੱਪ ਕਰ, ਇੱਕ ਤਾਂ ਦੱਸਿਆ ਲੇਟ ਹੈ, ਉੱਤੋਂ ਮੈਨੂੰ ਰਿਐਕਟ ਵੀ ਨਹੀਂ ਕਰਨ ਦੇ ਰਿਹਾ, ਮੈਨੂੰ ਥੋੜਾ ਖੁਸ਼ ਤਾਂ ਹੋ ਲੈਂਦੇ। ਮੈਂ ਆਪਣੀ ਹੋਣ ਵਾਲੀ ਨੂੰ ਨਾਲ ਥੋੜਾ ਸਮਾਂ ਤਾਂ ਬਿਤਾ ਲਵਾਂ। ਮੰਮੀ ਜੀ ਤੁਹਾਨੂੰ ਬਹੁਤ ਸਮਾਂ ਮਿਲੂਗਾ ਤੇਸ਼ੋ ਜੀ ਨਾਲ ਬਿਤਾਉਣ ਲਈ, ਅਜੇ ਤੁਹਾਨੂੰ ਵੀ ਤਾਂ ਬਹੁਤ ਸਾਰੇ ਕੰਮ ਨੇ, ਪੰਡਿਤ ਜੀ ਨੂੰ ਬੁਲਾ ਕੇ ਡੇਟ ਵੀ ਫਿਕਸ ਕਰਨੀ ਹੈ, ਸਾਨੂੰ ਚੱਲਣਾ ਚਾਹੀਦਾ ਹੈ। ਹਾਂ ਇਹ ਤਾਂ ਹੈ, ਤਿਆਰੀਆਂ ਵੀ ਤਾਂ ਕਿੰਨੀਆਂ ਕਰਨੀਆਂ, ਦੇਸ਼ੋ ਨੇ ਤਾਂ ਫਿਰ ਸਾਡੇ ਕੋਲ ਹੀ ਆ ਜਾਣਾ, ਫਿਰ ਗੱਲਾਂ ਕਰਾਂਗੇ ਢੇਰ ਸਾਰੀਆਂ। ਨਹੀਂ ਨਹੀਂ ਭੈਣ ਜੀ, ਤੁਸੀਂ ਏਦਾਂ ਕਿੱਦਾਂ ਜਾ ਸਕਦੇ ਹੋ, ਤੁਸੀਂ ਸਾਰੇ ਬੈਠੋ, ਮੈਂ ਚਾਏ ਨਾਸ਼ਤਾ ਲੈ ਕੇ ਆਉਂਦੀ ਹਾਂ। ਠੀਕ ਹੈ। ਕੁਛ ਹੋਰ ਲਓ ਭੈਣ ਜੀ। ਸ਼ਾਮ ਨੂੰ ਆਣਾ ਹੀ ਹੈ, ਫਿਰ ਅਸੀਂ ਵਿਆਹ ਦੀ ਡੇਟ ਫਿਕਸ ਕਰਕੇ ਆਵਾਂਗੇ, ਤੇ ਹੋਰ ਵੀ ਤਾਂ ਇੰਨੀਆਂ ਸਾਰੀਆਂ ਤਿਆਰੀਆਂ ਕਰਨੀਆਂ ਵਿਆਹ ਦੀਆਂ, ਸਾਨੂੰ ਵੀ ਇੰਤਜ਼ਾਰ ਰਹੇਗਾ। ਠੀਕ ਹੈ ਜੀ, ਫਿਰ ਅਸੀਂ ਚੱਲਦੇ ਹਾਂ। ਜੇਸ਼ੋ ਪੁੱਤ ਇਹਨਾਂ ਨੂੰ ਬਾਹਰ ਤੱਕ ਚੱਲ ਗਏ। ਹਾਂਜੀ ਮੰਮੀ ਜੀ। ਦਿਲ ਕਰਦਾ ਨਾ ਮੈਂ ਤੈਨੂੰ ਅੱਜ ਹੀ ਆਪਣੇ ਨਾਲ ਲੈ ਚੱਲਾਂ, ਪਰ ਕੀ ਕਰਾਂ, ਹਜੇ ਸਾਨੂੰ ਹੋਰ ਉਡੀਕ ਕਰਨੀ ਪਏਗੀ। ਮੰਮੀ ਜੀ ਤੁਸੀਂ ਚੱਲ ਕੇ ਗੱਡੀ 'ਚ ਬੈਠੋ, ਮੈਂ ਹੁਣੇ ਆ। ਲੈ ਅਜੇ ਰੁਕ ਤਾਂ ਜਾ, ਥੋੜੀ ਦੇਰ ਮੈਨੂੰ ਆਪਣੀ ਨੂੰਹ ਨਾਲ ਗੱਲਾਂ ਤਾਂ ਕਰ ਲੈਣ ਦੇ। ਮੰਮੀ ਜੀ ਬਹੁਤ ਸਮਾਂ ਪਿਆ, ਬਾਅਦ 'ਚ ਗੱਲਾਂ ਹੀ ਕਰਨੀਆਂ ਨੇ, ਹਜੇ ਤੁਸੀਂ ਚੱਲ। ਠੀਕ ਹੈ, ਚੱਲ ਠੀਕ ਹੈ ਪੁੱਤ, ਮੈਂ ਹੁਣ ਚੱਲਦੀ ਹਾਂ, ਤੂੰ ਆਪਣਾ ਧਿਆਨ ਰੱਖੀ। I'm sorry ਦੇਸ਼ੋ ਜੀ, ਮੰਮੀ ਜੀ ਨਾ ਵਿਆਹ ਦੇ ਲਈ ਕੁਝ ਜ਼ਿਆਦਾ ਹੀ ਐਕਸਾਈਟਿਡ ਨੇ, ਮੈਂ ਸਮਝ ਸਕਦਾ ਹਾਂ ਕਿ ਤੁਸੀਂ ਕਿੰਨੇ ਅਨਕੰਫਰਟੇਬਲ ਹੋਵੋਗੇ। ਨਹੀਂ ਨਹੀਂ ਸਰ ਜੀ, ਤੁਹਾਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਹੈ, ਇਹਦੇ ਅੰਦਰ ਮੈਮ ਦੀ ਕੋਈ ਗਲਤੀ ਨਹੀਂ ਹੈ, ਉਹ ਤੁਹਾਡੇ ਮੰਮੀ ਜੀ ਨੇ, ਉਹਨਾਂ ਨੂੰ ਕਿੰਨੀ ਖੁਸ਼ੀ ਹੋਏਗੀ ਤੁਹਾਡੇ ਵਿਆਹ ਦੀ, ਕਿੰਨੇ ਚਾਹ ਹੋਣਗੇ ਉਹਨਾਂ ਦੇ। ਨਹੀਂ ਸਰ ਜੀ, ਮੈਂ ਇਹ ਨਹੀਂ ਕਰ ਸਕਦੀ, ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ, ਮੈਂ ਉਹਨਾਂ ਨੂੰ ਝੂਠ ਨਹੀਂ ਬੋਲ ਸਕਦੀ। ਤੁਸੀਂ ਉਹਨਾਂ ਦੇ ਚਿਹਰੇ ਦੀ ਖੁਸ਼ੀ ਤਾਂ ਦੇਖੋ, ਉਹਨਾਂ ਨੇ ਤੁਹਾਡੇ ਵਿਆਹ ਲਈ ਕਿੰਨੇ ਸੁਪਨੇ ਸਜਾਏ ਨੇ, ਅਸੀਂ ਉਹਨਾਂ ਨੂੰ ਇੰਨਾ ਵੱਡਾ ਧੋਖਾ ਨਹੀਂ ਦੇ ਸਕਦੇ। ਦੇਸ਼ੋ ਜੀ ਮੈਂ ਸਮਝ ਸਕਦਾ, ਮੈਂ ਆਪ ਵੀ ਬਹੁਤ ਦੁਖੀ ਹਾਂ, ਪਰ ਅਸੀਂ ਹੋਰ ਕਰ ਵੀ ਕੀ ਸਕਦੇ ਹਾਂ ਦੇਸ਼ੋ ਜੀ। ਦੇਸ਼ੋ ਜੀ ਫਿਲਹਾਲ ਮੰਮੀ ਜੀ ਨੂੰ ਨਾ ਖੁਸ਼ੀ ਮਨਾ ਲੈਣ ਦਿਓ, ਮੰਮੀ ਜੀ ਮੇਰਾ ਵਿਆਹ ਦੇਖਣਾ ਚਾਹੁੰਦੇ ਨੇ, ਤੇ ਜਦੋਂ ਤੱਕ ਸਾਡੇ ਤੇ ਹੋਇਆ ਨਾ ਅਸੀਂ ਉਹਨਾਂ ਨੂੰ ਇਹ ਖੁਸ਼ੀਆਂ ਦੇਣਗੇ। ਪਰ ਸਰ ਜੀ ਜੇ ਉਹਨਾਂ ਨੂੰ ਸੱਚ ਪਤਾ ਲੱਗ ਗਿਆ ਤਾਂ ਫਿਰ। ਨਹੀਂ ਦੇਸ਼ੋ ਜੀ ਇਹ ਕਦੇ ਨਹੀਂ ਹੋਏਗਾ, ਉਹਨਾਂ ਨੂੰ ਕਦੇ ਨਹੀਂ ਪਤਾ ਲੱਗੇਗਾ ਕਿ ਸੱਚ ਕੀ ਹੈ। ਅਸੀਂ ਕੁਝ ਮਹੀਨਿਆਂ ਦੇ ਲਈ ਹਸਬੈਂਡ ਵਾਈਫ ਵਾਂਗ ਰਹਾਂਗੇ, ਜਦੋਂ ਤੱਕ ਅਰਮਾਨ ਤੁਹਾਨੂੰ ਨਹੀਂ ਭੁੱਲ ਜਾਂਦਾ ਤੇ ਸਿੰਪਲ ਤੇ ਉਹਦੇ ਬੱਚੇ ਨੂੰ ਅਪਣਾ ਨਹੀਂ ਲੈਂਦਾ, ਉਦੋਂ ਤੱਕ ਅਸੀਂ ਇਹ ਨਾਟਕ ਕਰਾਂਗੇ। ਦੇਸ਼ੋ ਜੀ ਤੁਸੀਂ ਇਹ ਨਾ ਭੁੱਲੋ ਕਿ ਇਹ ਸਭ ਅਸੀਂ ਕਿਉਂ ਕਰ ਰਹੇ, ਸਾਡੀ ਦੋਵਾਂ ਦੀ ਕੁਝ ਪ੍ਰੋਬਲਮਸ ਨੇ। ਮੈਂ ਵੀ ਚਾਹੁੰਦਾ ਹਾਂ ਕਿ ਮੰਮੀ ਜੀ ਦਾ ਮੇਰੇ ਵਿਆਹ ਦਾ ਸੁਪਨਾ ਪੂਰਾ ਹੋ ਜਾਵੇ,
ਇੱਕ ਪਾਸੇ ਮੰਮੀ ਜੀ ਨੂੰ ਤਸੱਲੀ ਹੋ ਜਾਏਗੀ ਕਿ ਉਹਨਾਂ ਨੇ ਮੇਰਾ ਵਿਆਹ ਕਰਾ ਦਿੱਤਾ, ਤੇ ਦੂਜੇ ਪਾਸੇ ਅਰਮਾਨ ਤੇ ਸਿੰਪਲ ਦਾ ਰਿਸ਼ਤਾ ਵੀ ਸੁਲਝ ਜਾਏਗਾ। ਤੇਸ਼ੋ ਜੀ ਤੁਸੀਂ ਫਿਕਰ ਨਾ ਕਰ, ਬਸ ਕੁਛ ਵਕਤ ਦੀ ਗੱਲ ਹੈ, ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਕਹਿ ਦਾਂਗੇ ਕਿ ਸਾਡੇ ਵਿੱਚ ਕੁਛ ਮਨਮੁਟਾਵ ਆ ਗਿਆ ਤੇ ਸਾਡਾ ਵਿਆਹ ਕਾਮਯਾਬ ਨਹੀਂ ਹੋਇਆ, ਫਿਰ ਅਸੀਂ ਵੱਖ ਹੋ ਸਕਦੇ। ਇਹ ਨਾ ਇੱਕ ਨਕਲੀ ਵਿਆਹ ਜਿਹੜਾ ਬਸ ਸਾਡੇ ਘਰ ਵਾਲਿਆਂ ਤੇ ਦੁਨੀਆਂ ਦੇ ਲਈ ਅਸਲੀ ਹੈ, ਅਦਰਵਾਈਜ਼ ਸਾਨੂੰ ਤਾਂ ਪਤਾ ਹੀ ਹੈ ਨਾ ਕਿ ਅਸਲੀਅਤ ਕੀ ਹੈ। ਤੇਸ਼ੋ ਜੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦਾ, ਜਦੋਂ ਤੱਕ ਸਾਡੇ ਤੇ ਹੁੰਦਾ ਨਾ ਮੰਮੀ ਜੀ ਵੀ ਸੁੱਖ ਲੈ ਲੈਣਗੇ ਘਰ 'ਚ ਆਪਣੀ ਨੂੰਹ ਹੋਣ ਦਾ। ਪਤਾ ਨਹੀਂ ਸਰ ਜੀ, ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਤੇਸ਼ੋ ਜੀ ਮੈਂ ਤੁਹਾਨੂੰ ਕਿਹਾ ਨਾ ਸਭ ਠੀਕ ਹੋ ਜਾਏਗਾ, ਮੰਮੀ ਜੀ ਨੂੰ ਮੈਂ ਸੰਭਾਲ ਲੂੰਗਾ, ਤੁਸੀਂ ਬਸ ਫਿਕਰ ਨਾ ਕਰੋ। ਰਣਵੀਰ ਆ ਜਾ ਪੁੱਤਰ, ਲੇਟ ਹੋ ਰਹੇ ਆ। ਹਾਂਜੀ ਮੰਮੀ ਜੀ ਆ ਗਿਆ। ਤੇਸ਼ੋ ਜੀ ਮੈਂ ਚੱਲਦਾ ਹਾਂ, ਤੁਸੀਂ ਆਪਣਾ ਖਿਆਲ ਰੱਖੋ।